ਬਹੁਤ ਲੇਟ ਆਈ ਜੀ, ਜਾਨੂੰ ਤਾਂ ਜਲ ਗਈ ਨੀ ਸਾਰੀ ਜਦੋਂ ਆਈ। ਕਿਸਾਨਾਂ ਦੀ 14 ਏਕੜ ਕਣਕ ਦੀ ਫਸਲ ਜਲ ਕੇ ਸਵਾਹ ਹੋ ਗਈ। ਅੱਗ ਨਾਲ ਹੋਏ ਨੁਕਸਾਨ ਦਾ ਮੌਕੇ ਤੇ ਜਾਇਜ਼ਾ ਲੈਣ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਪਹੁੰਚੀ ਤੇ ਖੇਤ ਮਾਲਕ ਦੇ ਨਾਲ ਪੱਕੀ ਫਸਲ ਨੂੰ ਅੱਗ ਨਾਲ ਹੋਏ ਮਾਲੀ ਨੁਕਸਾਨ ਦਾ ਦੁੱਖ ਵੀ ਵੰਡਾਇਆ ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਕਿਹਾ ਕਿ ਮੌਕੇ ਤੇ ਅਧਿਕਾਰੀਆਂ ਨੇ ਤੁਰੰਤ ਗਿਰਦਾਵਰੀ ਕਰ ਲਈ ਹੈ ਤੇ ਜਲਦੀ ਹੀ ਸਾਰੀ ਫਸਲ ਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ। ਦੱਸਣਾ ਬਣਦਾ ਕਿ ਜਿਸ ਫਸਲ ਨੂੰ ਅੱਗ ਲੱਗੀ ਇਹ ਖਰੜ ਦੇ ਦੇਸੂ ਮਾਜਰਾ ਦੇ ਕਿਸਾਨ ਦੀ ਫਸਲ ਸੀ। ਹਾਲਾਂਕਿ ਅੱਗ ਕਿਉਂ ਲੱਗੀ ਇਸ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਫਸਲ ਨੂੰ ਅੱਗ ਲੱਗੀ ਤਾਂ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ ਪਰ ਫਾਇਰ ਬ੍ਰਿਗੇਡ 1 ਘੰਟਾ ਲੇਟ ਪਹੁੰਚੀ ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਬਹੁਤ ਲੇਟ ਆਈ ਜੀ, ਜਾਨੂੰ ਤਾਂ ਜਲ ਗਈ ਨੀ ਸਾਰੀ ਗੱਲ ਵਾਲੀ। ਪਿੱਛਾ ਕਰ ਲਓ ਮੋਟਰਸਾਈਕਲ ਯਾਰ, ਆਹ ਪੂਰੇ ਅੱਗ ਲੱਗ ਜੂਗੀ। ਬਹੁਤ ਲੇਟ ਆਈ ਜੀ, ਜਾਨੂੰ ਤਾਂ ਜਲ ਗਈ ਨੀ ਸਾਰੀ ਗੱਲ ਵਾਲੀ। ਕਿਸਾਨਾਂ ਦੀ 14 ਏਕੜ ਕਣਕ ਦੀ ਫਸਲ ਜਲ ਕੇ ਸਵਾਹ ਹੋ ਗਈ। ਅੱਗ ਨਾਲ ਹੋਏ ਨੁਕਸਾਨ ਦਾ ਮੌਕੇ ਤੇ ਜਾਇਜ਼ਾ ਲੈਣ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਪਹੁੰਚੀ ਤੇ ਖੇਤ ਮਾਲਕ ਦੇ ਨਾਲ ਪੱਕੀ ਫਸਲ ਨੂੰ ਅੱਗ ਨਾਲ ਹੋਏ ਮਾਲੀ ਨੁਕਸਾਨ ਦਾ ਦੁੱਖ ਵੀ ਵੰਡਾਇਆ ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਕਿਹਾ ਕਿ ਮੌਕੇ ਤੇ ਅਧਿਕਾਰੀਆਂ ਨੇ ਤੁਰੰਤ ਗਿਰਦਾਵਰੀ ਕਰ ਲਈ ਹੈ ਤੇ ਜਲਦੀ ਹੀ ਸਾਰੀ ਫਸਲ ਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ। ਦੱਸਣਾ ਬਣਦਾ ਕਿ ਜਿਸ ਫਸਲ ਨੂੰ ਅੱਗ ਲੱਗੀ ਇਹ ਖਰੜ ਦੇ ਦੇਸੂ ਮਾਜਰਾ ਦੇ ਕਿਸਾਨ ਦੀ ਫਸਲ ਸੀ। ਹਾਲਾਂਕਿ ਅੱਗ ਕਿਉਂ ਲੱਗੀ ਇਸ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਫਸਲ ਨੂੰ ਅੱਗ ਲੱਗੀ ਤਾਂ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ ਪਰ ਫਾਇਰ ਬ੍ਰਿਗੇਡ 1 ਘੰਟਾ ਲੇਟ ਪਹੁੰਚੀ ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਬਹੁਤ ਲੇਟ ਆਈ ਜੀ, ਜਾਨੂੰ ਤਾਂ ਜਲ ਗਈ ਨੀ ਸਾਰੀ ਗੱਲ ਵਾਲੀ।
ਹਿੱਸਾ ਕਰ ਲਓ ਮੋਟਰਸਾਈਕਲ ਯਾਰ, ਉਰੇ ਅੱਗ ਲੱਗ ਜੂਗੀ।